ਪੰਜਾਬ ਦੇ ਅੰਮ੍ਰਿਤਸਰ ਇਲਾਕੇ ਵਿੱਚ ਐਤਵਾਰ ਨੂੰ ਸੰਤ ਨਿਰੰਕਾਰੀ ਭਵਨ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਦੀ ਪੁਲਿਸ ਪੂਰੀ ਤਰ੍ਹਾਂ ਨਾਲ ਹਰਕਤ ਵਿੱਚ ਆ ਗਈ ਹੈ ਅਤੇ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਹੀ ਜਲੰਧਰ ਪੁਲਿਸ ਵੱਲੋਂ ਜਲੰਧਰ ਦੇ ਸੰਤ ਨਿਰੰਕਾਰੀ ਭਵਨ ਵਿੱਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਫਿਲਹਾਲ ਆਰਜ਼ੀ ਤੌਰ 'ਤੇ ਦੋ ਸੁਰੱਖਿਆ ਕਰਮੀਆਂ ਨੂੰ ਭਵਨ ਦੇ ਬਾਹਰ ਤੈਨਾਤ ਕਰ ਦਿੱਤਾ ਗਿਆ ਹੈ। ਜਲੰਧਰ ਪੁਲਿਸ, ਪੰਜਾਬ ਪੁਲਿਸ, ਮੈਂ ਕਹੂੰਗਾ ਕਿ ਪੰਜਾਬ ਪੁਲਿਸ ਪਿਛਲੇ ਕਾਫੀ ਦਿਨਾਂ ਤੋਂ ਹਾਈ ਅਲਰਟ 'ਤੇ ਚੱਲ ਰਹੀ ਹੈ। ਜਦੋਂ ਦਾ ਮਸੂਦਾ ਦਾ ਬੰਬ ਕਾਂਡ ਹੋਇਆ ਸੀਗਾ, ਜਿਹੜਾ ਕਿ ਫੇਸ ਹੋ ਗਿਆ, ਉਸ ਤੋਂ ਪਹਿਲਾਂ ਵੀ ਹਾਈ ਅਲਰਟ 'ਤੇ ਚੱਲ ਰਹੇ ਹਾਂ ਜੀ। ਅਸੀਂ ਆਲਰੇਡੀ ਜਿਹੜੇ ਹੈਗੇ ਆ ਇਹ ਸਾਰੇ ਟੈਂਪਲ, ਭਵਨ, ਮੰਦਰ, ਗੁਰਦੁਆਰੇ, ਇਹਨਾਂ ਦੀ ਸਿਕਿਉਰਿਟੀ ਦੇ ਲਈ ਅਸੀਂ PCR ਰਾਹੀਂ ਜਾਂ ਪੈਟਰੋਲਿੰਗ ਰਾਹੀਂ ਜਾਂ ਨਾਕਿਆਂ ਰਾਹੀਂ ਕਵਰ ਕਰ ਰਹੇ ਹੈਗੇ ਹਾਂ। ਅੱਜ ਦੇ ਬੰਬ ਬਲਾਸਟ ਤੋਂ ਬਾਅਦ ਅਸੀਂ ਸਾਰੀ ਸਿਕਿਉਰਿਟੀ ਰਿਵਿਊ ਕਰ ਰਹੇ ਹੈਗੇ ਹਾਂ। ਲੋੜ ਮੁਤਾਬਕ ਜਿੱਥੇ ਲੋੜ ਪਏਗੀ ਅਸੀਂ ਉੱਥੇ ਉਸ ਮੁਤਾਬਕ ਸਿਕਿਉਰਿਟੀ ਦੇਵਾਂਗੇ, ਜਿਸ ਤਰ੍ਹਾਂ ਸਤਸੰਗ ਵਗੈਰਾ 'ਤੇ ਜਿੰਨੀ ਲੋੜ ਹੋਏਗੀ ਕੱਟ ਦੇ ਮੁਤਾਬਕ ਸਿਕਿਉਰਿਟੀ ਲਵਾਂਗੇ। ਔਰ ਜਲੰਧਰ ਪੁਲਿਸ ਆਪਣੀ ਡਿਊਟੀ ਲਈ ਵਚਨਬੱਧ ਹੈ, ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰ।